ਨਾਮ ਚੌਸਠ ਘੜੀ ਤੇ ਨਿਰਖਤ ਰਹੇ ਜੀਉ। ਅਠੋ ਪਹਿਰ ਦਿਨ ਰਾਤ ਇੱਕ ਰਥ ਤੇਲ ਧਾਰਾ ਵਾ ਉਹਨਾਂ ਦੀ ਬਿਰਤੀ ਜੁੜੀ ਹੈ ਪਰਮੇਸ਼ੁਰ ਦੇ ਨਾਲ। ਐਸੀ ਪ੍ਰੀਤੀ ਲਾਗੀ ਗੁਰੂ ਨਾਲ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ ਮੂੰਹ ਲਾਲਨ ਸੋਂ ਪ੍ਰੀਤ ਬਣੀ। ਮੇਰੀ ਗੁਰੂ ਦੇ ਨਾਲ ਪਰਮੇਸ਼ੁਰ ਦੇ ਨਾਲ ਐਸੀ ਪ੍ਰੀਤੀ ਹੈ ਜਿਹੜੀ ਕਿ ਹੁਣ ਤੋੜੀ ਹੋਈ ਟੁੱਟ ਨਹੀਂ ਸਕਦੀ। ਨਹੀਂ ਟੁੱਟੀ ਪ੍ਰੀਤੀ ਸਾਧ ਸੰਗਤ ਬੰਦ ਬੰਦ ਕੱਟੇ ਗਏ ਉਹ ਪ੍ਰੀਤੀ ਨਹੀਂ ਟੁੱਟੀ ਹੈ। ਚਰਖਣੀਆਂ 'ਤੇ ਚੜ੍ਹ ਗਏ ਉਹ ਪ੍ਰੀਤੀ ਨਹੀਂ ਟੁੱਟੀ। ਐਸੀ ਪ੍ਰੀਤੀ ਗੁਰੂ ਦੇ ਨਾਲ ਅਤੇ ਕਿਹੋ ਜਿਹੇ ਸਮੇਂ ਆਏ ਸਿੰਘਾਂ ਦੇ ਉੱਪਰ, ਪਰ ਉਹਨਾਂ ਦੀ ਸੱਚੀ ਪ੍ਰੀਤੀ ਸੀ ਗੁਰੂ ਨਾਲ। ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ ਤੁਮ ਸੋਰ ਅਵਰ ਸੰਗ ਤੋਰੀ। ਸੋ ਜਦੋਂ ਮਹਾਰਾਜ ਜੀ ਦਾ ਫਿਰ ਬਚਨ ਭਾਈ ਜਿਹੜੇ ਸੁਖਨੀ ਸਾਹਿਬ ਦਾ ਇੱਕ ਪਾਠ ਕਰਦੇ ਨੇ 24 ਘੰਟੇ ਦੇ ਉਹਨਾਂ ਦੇ ਸਵਾਦ ਸਫਲੇ ਹੋ ਜਾਂਦੇ ਨੇ। ਹਾਲਾਂਕਿ 24 ਘੰਟੇ ਆਪਾਂ ਸਿਮਰ ਨਹੀਂ ਕਰ ਸਕਦੇ, ਪਰ ਮਹਾਰਾਜ ਜੀ ਨੇ ਸਾਨੂੰ ਇੱਕ ਸੌਖਾ ਤਰੀਕਾ ਦੱਸ ਦਿੱਤਾ ਵੀ ਕਲਯੁਗੀ ਲੋਕ ਨੇ ਇਹਨਾਂ 'ਤੇ ਬਹੁਤਾ ਸਿਮਰ ਨਹੀਂ ਹੋਣਾ, ਅਸੀਂ ਇਹਨਾਂ ਦੀ ਮਦਦ ਕਰ ਦਈਏ। ਗੁਰੂ ਤਾਂ ਹਰ ਪੱਖੋਂ ਸਿੱਖ ਦੀ ਮਦਦ ਕਰਦਾ ਸਾਧ ਸੰਗਤ, ਗੁਰੂ ਤਾਂ ਹਰ ਪੱਖੋਂ ਮਦਦ ਕਰਦਾ ਹੈ। ਅਤੇ ਜਿੱਥੇ ਭਾਈ ਸਾਹਿਬ ਗੁਰਦਾਸ ਜੀ ਦਾ ਵਚਨ ਚਾਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇੱਕ ਕਦਮ ਰੱਖਦਾ ਸਿੱਖ, ਗੁਰੂ ਕਰੋੜਾਂ ਕਦਮ ਚੱਲ ਕੇ ਆਉਂਦਾ ਸਿੱਖ ਵੱਲ। ਇਹ ਕੋਈ ਅਤਕਥਨੀ ਨਹੀਂ ਹੈ, ਭਾਈ ਸਾਹਿਬ ਜੀ ਨੇ ਹਕੀਕਤ ਲਿਖੀ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹੇ ਵਾਰਮ ਵਾਰ ਗੁਰ ਹੇਤ ਹੈ। ਇੱਕ ਵਾਰ ਸਿਮਰਨ ਕਰਦਾ ਵਾਹਿਗੁਰੂ, ਗੁਰੂ ਦਾ ਨਾਮ ਜਪਦਾ ਸਿੱਖ, ਗੁਰੂ ਨੂੰ ਪਰਮੇਸ਼ੁਰ ਵਾਰ ਵਾਰ ਯਾਦ ਕਰਦਾ। ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਇੱਕ ਕੌਡੀ ਬਦਲੇ ਸਾਰੇ ਖਜ਼ਾਨੇ ਸਿੱਖ ਦੇ ਗੁਰੂ ਭਰ ਦਿੰਦਾ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ। ਇਹ ਗੁਰੂ ਵੱਲੋਂ ਸਾਡੇ ਉੱਪਰ ਖਾਸ ਕਿਰਪਾ ਹੈ ਵੀ ਗੁਰਸਿੱਖਾ ਇੱਕ ਪਾਠ ਸੁਖਨੀ ਸਾਹਿਬ ਦਾ ਕਰ ਲੈ। ਕਿੰਨਾ ਕੁ ਸਮਾਂ ਲੱਗਦਾ ਹੈ? ਵੱਧ ਤੋਂ ਵੱਧ 1.5 ਘੰਟਾ। ਜੇ ਤੂੰ 1.5 ਘੰਟਾ ਵੀ ਨਹੀਂ ਜਪ ਸਕਦਾ ਫਿਰ ਅਤ ਮਾੜੇ ਕਰਮ। 1.5 ਘੰਟਾ ਤੂੰ ਸੁਖਨੀ ਸਾਹਿਬ ਦਾ ਪਾਠ ਕਰ ਲੈ। ਵੈਸੇ ਤਾਂ 24 ਘੰਟੇ ਵਿੱਚੋਂ 2.5-3 ਘੰਟੇ ਬਣਦੇ ਨੇ ਦਸਵਾਂ ਹਿੱਸਾ। ਇੱਕ ਪਾਠ ਕਰੇਗਾ 24 ਘੰਟੇ ਦੇ ਸਵਾਦ ਸਫਲੇ, ਜੇ 2 ਪਾਠ ਕਰੇਗਾ ਰੋਜ਼ ਅਤੇ 1 ਮਹੀਨੇ ਵਿੱਚ ਗੁਰੂ ਮਹਾਰਾਜ ਦਾ ਇੱਕ ਸਹਿਜ ਪਾਠ ਦਾ ਫਲ ਮਿਲ ਜਾਏਗਾ। ਇਹ ਤਾਂ ਸੁਖਨੀ ਸਾਹਿਬ ਦਾ ਪਾਠ ਜਾਂ ਫਿਰ 10 ਜਪਜੀ ਸਾਹਿਬ ਦੇ ਪਾਠ ਕਰ ਲਓ ਉਹ ਬਰਾਬਰੀ ਹੈ, ਜਾਂ 6 ਮਾਲਾ ਮੂਲ ਮੰਤਰ ਦੀਆਂ ਨਾਨਕ ਖੋਸੀ ਭੀ ਸੱਚ ਤੱਕ ਇਹ ਫੇਰ ਲਓ, ਜਾਂ ਫਿਰ 40 ਮਾਲਾ ਸਤਿਗੁਰ ਸਤਨਾਮ ਵਾਹਿਗੁਰੂ ਦੀਆਂ, 80 ਮਾਲਾ ਵਾਹਿਗੁਰੂ ਮੰਤਰ ਦੀਆਂ। ਕੁਛ ਵੀ ਕਰੋ, ਕੁਛ ਕਰੋ ਤਾਂ ਸਹੀ ਨਾ। ਲਾਭ ਲਿਓ ਹਰ ਹਿਰਦੈ ਅਰਾਧੋ, ਲਾਹੇ ਵਾਲਾ ਸੌਦਾ ਕਰ ਤੂੰ। ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ।
ਅੱਗੇ ਸ਼ਾਹੋ ਸੁਜਾਨ ਹੈ, ਲੈਸੀ ਵਸਤ ਸੰਭਾਲ ਭਾਈ ਰੇ, ਰਾਮ ਕਹੋ ਚਿੱਤ ਲਾਏ, ਚਿੱਤ ਲਾ ਕੇ ਸਿਮਨ ਕਰਿਆ ਕਰ, ਬਾਣੀ ਪੜਿਆ ਕਰ, ਕੀਰਤਨ ਸੁਣਿਆ ਕਰ ਜਾਂ ਕਰਿਆ ਕਰ, ਪਰ ਚਿੱਤ ਲਾ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ, ਸਹੁ ਦੇਖੈ ਪਤੀ ਆਏ। ਸੋਏ ਸੁਖਨੀ ਸਾਹਿਬ ਦਾ ਜੋ ਮਹਾਤਮ ਮਹਾਰਾਜ ਜੀ ਨੇ ਲਿਖਿਆ ਅਤੇ ਗੁਰਸਿੱਖਾਂ ਨੂੰ ਦੱਸਿਆ, ਅਤੇ ਗੁਰਸਿੱਖ ਫਿਰ ਬੇਅੰਤ ਜਿਨ੍ਹਾਂ ਨੇ ਕਈ ਕਈ ਪਾਠ ਕਰਨੇ ਸ਼ੁਰੂ ਕਰ ਦਿੱਤੇ ਸੁਖਨੀ ਸਾਹਿਬ ਦੇ, ਮਹਾਂਪੁਰਸ਼ 12-12, 24-24 ਪਾਠ ਵੀ ਕਰਦੇ ਨੇ ਸਾਧਸੰਗ 24 ਘੰਟੇ ਦੇ ਵਿੱਚ, 30 ਪਾਠ ਕਰਨ ਵਾਲੇ ਵੀ ਪ੍ਰੇਮੀ ਸਾਨੂੰ ਮਿਲੇ ਨੇ, ਤੁਸੀਂ ਮੰਨੋ ਚਾਹੇ ਨਾ ਮੰਨੋ, 30 ਪਾਠ ਆਪਾਂ ਹਿਸਾਬ ਲਾ ਲਓ ਵੀ 24 ਘੰਟੇ 'ਚ ਕਿੰਨੇ ਘੰਟੇ ਲਾਉਂਦਾ ਉਹ ਪ੍ਰੇਮੀ, ਉਹ ਜਿਹੜਾ 24 ਘੰਟੇ 'ਚ 30 ਪਾਠ ਕਰਦਾ ਹੈ, ਜੇ ਅੱਧਾ ਘੰਟਾ ਵੀ ਲਾਈਏ ਤਾਂ 15 ਘੰਟੇ ਪਾਠ ਕਰਨਾ ਪਿਆ ਨਾ। ਪਰ ਕਰਨ ਵਾਲੇ ਜਿਨ੍ਹਾਂ ਦਾ ਪਿਆਰ ਹੈ ਗੁਰਬਾਣੀ ਨਾਲ ਸਾਧ ਸੰਗਤ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ, ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ, ਗੁਰਬਾਣੀ ਗਾਵੋ ਭਾਈ ਸਫਲ ਸਦਾ ਸੁਖਦਾਈ, ਗੁਰਬਾਣੀ ਸਦਾ ਦੁਖਦਾਈ, ਗੁਰਬਾਣੀ ਗਾਵੋ ਭਾਈ ਸਭ ਸਦਾ ਸੁਖਦਾਈ, ਗੁਰਬਾਣੀ ਸਫਲ ਸਦਾ ਸੁਖਦਾਈ, 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 ਗੁਰਬਾਣੀ ਗਾਵੋ ਭਾਈ ਸਫਲ ਸਦਾ ਸੁਖਦਾਈ, ਗੁਰਬਾਣੀ ਸਫਲ ਸਦਾ ਸੁਖਦਾਈ, ਸਦਾ ਸੁਖ ਦੇਣ ਵਾਲੀ ਗੁਰੂ ਦੀ ਬਾਣੀ। ਸਿੱਖਾਂ ਨੇ ਪਾਠ ਕਈ ਕਈ ਕਰਨੇ ਸ਼ੁਰੂ ਕਰ ਦਿੱਤੇ,
ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਇਹ ਬਚਨ ਸੁਣਿਆ, ਭਾਈ ਇਹ ਸੁੱਖਾਂ ਦੀ ਮਣੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਵਿੱਚ ਰਾਮ। ਸੋ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਔਰ ਮਨ ਵਿੱਚ ਬੜੀ ਸ਼ਰਧਾ ਹੈ ਗੁਰਸਿੱਖਾਂ ਦੇ, ਵੀ ਮਹਾਰਾਜ ਜੀ ਨੇ ਜਿਹੜਾ ਬਚਨ ਕੀਤਾ ਹੈ ਅਤੇ ਜਿੰਨੀ ਸੁਖਮਨੀ ਸਾਹਿਬ ਦੇ ਪਾਠ ਵੱਧ ਕਰਾਂਗੇ ਓਨਾ ਹੀ ਸੁੱਖ ਮਿਲੇਗਾ। ਅਤੇ ਇੱਕ ਸਿੱਖ ਲਾਹੌਰ ਵਿੱਚ ਰਹਿੰਦਾ ਹੈ, ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਵਜੀਦ ਖਾਂ ਸ਼ਰਧਾਲੂ ਸੀ ਗੁਰੂ ਘਰ ਦਾ, ਬਾਅਦ ਵਿੱਚ ਜ਼ਿਆਦਾ ਸ਼ਰਧਾਲੂ ਹੋ ਗਿਆ ਅਤੇ ਉਹਨੂੰ ਜਲੋਧਰ ਦਾ ਰੋਗ ਸੀ। ਇੱਕ ਗੁਰਸਿੱਖ ਹਰ ਰੋਜ਼ ਉੱਚੀ ਉੱਚੀ ਸੁਖਮਨੀ ਸਾਹਿਬ ਦਾ ਪਾਠ ਕਰਦਾ, ਉਹਦੇ ਬੰਗਲੇ ਦੇ ਪਾਸ ਦੀ ਲੰਘਦਾ ਹੈ, ਜਦੋਂ ਉਹਦੇ ਕੰਨ ਵਿੱਚ ਬਾਣੀ ਪੈਂਦੀ ਹੈ ਉਹਨੂੰ ਬੜੀ ਸ਼ਾਂਤੀ ਮਿਲਦੀ ਹੈ, ਉਹ ਠੰਡ ਮਹਿਸੂਸ ਕਰਦਾ ਹੈ, ਬਾਣੀ ਵਿੱਚ ਸ਼ਾਂਤੀ ਹੈ ਸਾਧ ਸੰਗਤ, ਕਿਉਂਕਿ ਅੰਮ੍ਰਿਤ ਹੈ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਨੇ ਤਾਂ ਸ਼ਾਂਤੀ ਦੇਣੀ ਹੈ ਨਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਮੇਰੀ ਜਲਨ ਬੁਝੀ। ਜਲਨ ਜਿਹੜੀ ਹੈ ਤਪਸ਼ ਹੈ, ਜਿਹੜੀ ਅੱਗ ਹੈ ਉਹ ਸ਼ਾਂਤ ਹੋ ਜਾਂਦੀ ਹੈ। ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸ਼ਾਂਤ ਪਾਈ ਮੇਰੇ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਸੋ ਜਦੋਂ ਬਾਣੀ ਸੁਣਦਾ, ਗੁਰਸਿੱਖ ਕੋਲ ਦੀ ਲੰਘਦਾ, ਕੰਨ ਵਿੱਚ ਬਾਣੀ ਪੈਂਦੀ ਹੈ, ਅੰਮ੍ਰਿਤ ਦਾ ਅਸਰ ਹੁੰਦਾ ਹੈ ਅਤੇ ਉਹਨੂੰ ਕੋਈ ਸ਼ਾਂਤੀ ਮਿਲਦੀ ਹੈ। ਸਿਆਣਾ ਸੀ, ਸਮਝ ਗਿਆ ਵੀ ਇਹ ਗੁਰਸਿੱਖ ਜੋ ਕੋਈ ਕਲਾਮ ਪੜ੍ਹਦਾ ਜਾਂਦਾ ਇਹਦਾ ਅਸਰ ਹੈ। ਪੁੱਛਿਆ ਵੀ ਗੁਰਸਿੱਖਾ ਇਹ ਤੂੰ ਕੀ ਪੜ੍ਹਦਾ ਹੈ? ਦੱਸਿਆ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ। ਕਹਿਣ ਲੱਗਿਆ ਵੀ ਗੁਰਸਿੱਖਾ, ਸੁਣਿਆ ਵੀ ਗੁਰਸਿੱਖ ਪਰਉਪਕਾਰੀ ਹੁੰਦੇ ਨੇ, ਪਰਉਪਕਾਰੀ ਗੁਰੂ ਪਿਆਰਾ, ਮੇਰੇ 'ਤੇ ਪਰਉਪਕਾਰ ਕਰ, ਮੈਨੂੰ ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿਆ ਕਰ। ਕਹਿੰਦਾ ਜੀ ਠੀਕ ਹੈ, ਮੈਂ ਤਾਂ ਨਿਤਨੇਮ ਹੀ ਕਰਨਾ ਹੈ, ਇੱਕ ਪਾਠ ਤੁਹਾਨੂੰ ਸੁਣਾ ਦਿਆ ਕਰਾਂਗਾ। ਜਦੋਂ ਪਾਠ ਸੁਣਦਾ
ਜੀਤ ਖਾਂ ਉੱਨੀ ਦੇਰ ਮਨ ਨੂੰ ਸ਼ਾਂਤੀ ਔਰ ਜੋ ਤਪ ਸੀਗੀ, ਕਿਉਂਕਿ ਜਲੋਧਰ ਦਾ ਜਿਹੜਾ ਪਾਣੀ ਪੇਟ 'ਚ ਭਰਿਆ ਹੁੰਦਾ ਉਹ ਸੜਦਾ ਰਹਿੰਦਾ ਅੰਦਰੋਂ, ਪਰ ਜਿੰਨੀ ਦੇਰ ਬਾਣੀ ਸੁਣਦਾ ਉੱਨੀ ਦੇਰ ਉਹ ਸੜਦਾ ਨਹੀਂ ਸਰੀਰ। ਅਤੇ ਕਾਫੀ ਸਮਾਂ ਲੰਘ ਗਿਆ, ਗੁਰਸਿੱਖ ਕਹਿਣ ਲੱਗਿਆ ਵਜੀਦ ਖਾਂ ਵੀ ਜੇ ਕਿਤੇ ਤੂੰ ਜਿਨ੍ਹਾਂ ਦੀ ਇਹ ਬਾਣੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਜਾਵੇਂ ਤਾਂ ਮੇਰਾ ਨਿਸ਼ਚਾ ਹੈ ਤੇਰਾ ਰੋਗ ਹੀ ਦੂਰ ਹੋ ਜਾਵੇਗਾ। ਕਹਿੰਦਾ ਇਹ ਠੀਕ ਹੈ, ਉਹਨੇ ਨੇਕ ਨਸੀਹਤ ਮੰਨ ਲਈ ਗੁਰਸਿੱਖ ਦੀ। ਅਤੇ ਹੁਣ ਵਜੀਦ ਖਾਂ ਵਜ਼ੀਰ ਜਦੋਂ ਪਹੁੰਚਿਆ ਅੰਮ੍ਰਿਤਸਰ ਸਾਹਿਬ, ਕਾਰ ਸੇਵਾ ਹੋ ਰਹੀ ਸੀ ਅੰਮ੍ਰਿਤ ਸਰੋਵਰ ਦੀ, ਅਤੇ ਬਾਬਾ ਬੁੱਢਾ ਜੀ ਹੋਰ ਬੜੇ ਬੜੇ ਗੁਰਸਿੱਖ ਬਰਮ ਗਿਆਨੀ ਸੇਵਾ ਕਰ ਰਹੇ ਸਨ, ਅਤੇ ਇਹਨੂੰ ਮੰਜੀ 'ਤੇ ਪਾਇਆ ਹੋਇਆ, ਚਾਰ ਜਾਣੇ ਚੱਕੀ ਆਉਂਦੇ ਨੇ ਲਿਆ ਕੇ ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿੱਤਾ। ਮਹਾਰਾਜ ਜੀ ਇਹ ਵਜ਼ੀਰ ਹੈ ਬਾਦਸ਼ਾਹ ਦਾ, ਵਜੀਦ ਖਾਂ ਇਹਦਾ ਨਾਮ ਹੈ, ਕਿਰਪਾ ਕਰੋ ਇਹਨੂੰ ਜਲੋਧਰ ਦਾ ਰੋਗ ਹੈ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਇਸ਼ਾਰਾ ਹੀ ਕੀਤਾ, ਵੱਡਾ ਟੋਕਰਾ ਭਰਿਆ ਸੀ ਕਾਰ ਸੇਵਾ ਦਾ, ਉਹਦੇ ਪੇਟ ਦੇ ਉੱਪਰ ਮਾਰਿਆ ਸਾਧ ਸੰਗਤ, ਪਾਣੀ ਨਿਕਲ ਗਿਆ, ਉਹਦਾ ਰੋਗ ਦੂਰ ਕਰ ਦਿੱਤਾ। ਅਤੇ ਉਸ ਦਿਨ ਤੋਂ ਬੜਾ ਸ਼ਰਧਾਲੂ ਬਣ ਗਿਆ ਗੁਰੂ ਘਰ ਦਾ ਵਜੀਦ ਖਾਂ ਵਜ਼ੀਰ। ਜਦੋਂ ਸ਼ਾਹਜਹਾਨ ਗੁਰੂ ਘਰ ਦੇ ਉੱਪਰ ਚਾਰ ਵੇਰ ਚੜ੍ਹਾਈ ਕੀਤੀ, ਉਹਨੇ ਬੜਾ ਸਮਝਾਉਣਾ ਗੁਰੂ ਦੇ ਨਾਲ ਮੱਥਾ ਨਹੀਂ ਲਾਈਦਾ, ਗੁਰੂ ਸ਼ੀਸ਼ੇ ਦੀ ਤਰ੍ਹਾਂ ਹੈ, ਜਿਹੋ ਜਿਹੀ ਭਾਵਨਾ ਕਰੇਗਾ ਉਹੋ ਜਿਹਾ ਫਲ ਤੈਨੂੰ ਮਿਲ ਜਾਵੇਗਾ। ਅਤੇ ਅਖੀਰ ਚਾਰੇ ਵੇਰ ਮੂੰਹ ਦੀ ਖਾਣੀ ਪਈ, ਫਿਰ ਵਜ਼ੀਰ ਖਾਂ ਦੇ ਕਹੇ 'ਤੇ ਨਮਸਕਾਰ ਕਰ ਦਿੱਤੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ, ਮਹਾਰਾਜ ਜੀ ਅੱਜ ਤੋਂ ਮੈਂ ਇਹ ਆਪ 'ਤੇ ਚੜ੍ਹਾਈ ਨਹੀਂ ਕਰਾਂਗਾ। ਦੰਦ ਖੱਟੇ ਹੋ ਗਏ ਅਤੇ ਪਿੱਛੇ ਮੁੜਿਆ ਨਾ, ਊਂ ਕਾਹਨੂੰ ਮੰਨਦੇ ਨੇ ਲੋਕ। ਸੋ ਇਸ ਤਰ੍ਹਾਂ ਜਾਣੀ ਬਾਣੀ ਅੰਮ੍ਰਿਤਮਈ ਸਾਧ ਸੰਗਤ, ਜਿੰਨੀ ਵੀ ਆਪਾਂ ਪੜ੍ਹ ਲਈਏ ਓਨਾ ਹੀ ਆਨੰਦ ਹੈ, ਜਿੰਨਾ ਵੀ ਬਾਣੀ ਦੇ ਨਾਲ ਜੁੜ ਜਾਈਏ ਓਨਾ ਹੀ ਰਸ ਮਿਲੇਗਾ। ਅਤੇ ਮਹਾਂਪੁਰਸ਼ ਪ੍ਰੇਰਦੇ ਰਹਿੰਦੇ ਨੇ ਭਾਈ ਵੱਧ ਤੋਂ ਵੱਧ ਬਾਣੀ ਪੜ੍ਹੋ, ਮੂਲ ਮੰਤਰ ਦਾ ਜਾਪ ਕਰੋ, ਜਪਜੀ ਸਾਹਿਬ ਦੇ ਪਾਠ ਕਰੋ, ਜਾਪ ਸਾਹਿਬ ਦੇ ਪਾਠ ਕਰੋ, ਸੁਖਨੀ ਸਾਹਿਬ ਦੇ ਪਾਠ ਕਰੋ, ਭਾਵ ਕੇ ਬਾਣੀ ਪੜ੍ਹੋ, ਸਿਮਰਨ ਕਰੋ। ਜਦੋਂ ਸਵਾਲ ਕੀਤਾ ਗੁਰਸਿੱਖਾਂ ਨੇ, ਮਹਾਰਾਜ ਜੀ ਆਪ ਸਿਮਰਨ ਬਾਰੇ ਬਹੁਤ ਪ੍ਰੇਰਨਾ ਦਿੰਦੇ ਹੋ ਅਤੇ ਇਹਦਾ ਫਲ ਕੀ ਹੈ? ਗੁਰੂ ਜੀ ਨੇ ਫਿਰ ਸਾਹਿਬ ਦੇ ਆਰੰਭ ਵਿੱਚ ਇਹ ਬਚਨ ਲਿਖਿਆ ਨਾ, ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਸਾਰੇ ਜਪੋ ਵਾਹਿਗੁਰੂ, 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 ਵਾਹਿਗੁਰੂ,
ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਵਸੰਭਰ ਏਕੈ ਨਾਮ, ਜਪਤ ਅਗਨਤ ਅਨੇਕੈ ਵੇਦ ਪ੍ਰਾਣ। ਸਿਮਰਤ ਸੁਧਾਖਰ ਕਿਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀਵ ਸਾਵੈ। ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕਹਿ ਮਨ ਵਿਸਰਾਮ। ਫਿਰ ਬਚਨ ਕੀ ਹੈ? ਪ੍ਰਭ ਕਹਿ ਸਿਮਰਨ ਗਰਭ ਨਾਮ ਵਸੈ। ਸਭ ਤੋਂ ਵੱਡਾ ਦੁੱਖ ਮਾਤਾ ਦੇ ਉਦਰ ਵਿੱਚ ਜਦੋਂ ਇਹ ਪੁੱਠਾ ਲਮਕਦਾ ਸੀ। ਰਚੰਤ ਜੀ ਰਚਨਾ ਮਾਤ ਗਰਭ ਸਥਾਪਨੰ, ਸਾਧ ਸਾਧ ਸਿਮਰਨ ਨਾਨਕ। ਮਹਾਂ ਅਗਨ ਨਾਮ ਵਿਨਾਸ਼ਨੰ, ਮੁਖ ਤਲੇ ਪੈਰ ਉਪਰੇ ਵਸੰਦੋ ਕੁ ਹੱਥੜੈ ਥਾਏ।
ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰੈ ਜਿਸ ਦੈ ਨਾਏ। ਉਰਦ ਤਪ ਅੰਤਰ ਕਰੇ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ। ਪੁੱਠਾ ਲਮਕਦਾ ਮਾਨੋ ਤਪ ਕਰਦਾ ਸੀ ਔਰ ਅਰਦਾਸਾਂ ਕਰਦਾ ਸੀ ਵਾਹਿਗੁਰੂ ਦੇ ਚਰਨਾਂ 'ਚ, ਐ ਵਾਹਿਗੁਰੂ ਪਤਿਤ ਪਾਵਨ ਅੰਤਰ ਜਾਮੀ, ਮੈਨੂੰ ਆ ਕੁੰਭੀ ਨਰਕ ਵਿੱਚੋਂ ਕੱਢ, ਐ ਦੁੱਖ ਦੀ ਘੜੀ ਬਹੁਤ ਦੁੱਖ ਰੂਪ ਹੈ ਇੱਥੋਂ ਮੈਨੂੰ ਬਚਾ, ਸਾਰੀ ਜ਼ਿੰਦਗੀ ਬੰਦਗੀ ਕਰਾਂਗਾ ਸਿਮਨ ਕਰਾਂਗਾ। ਇਹਦਾ ਮਤਲਬ ਬਹੁਤ ਦੁੱਖ ਦਾ ਸਮਾਂ ਸੀ ਉਹ, ਪਰ ਉਹ ਦੁੱਖ ਦੀ ਘੜੀ ਜਦੋਂ ਲੰਘ ਗਿਆ ਸਮਾਂ, ਤਾਂ ਉਹ ਫਿਰ ਭੁੱਲ ਗਈ ਘੜੀ। ਹੁਣ ਜਿਨ੍ਹਾਂ ਨੇ ਉਹ ਸਮਾਂ ਭੁਲਾ ਦਿੱਤਾ, ਮੁੜ ਕੇ ਫਿਰ ਪੁੱਠਾ ਲਮਕਣਾ ਪਊ। ਤਦੇ ਮਹਾਰਾਜ ਜੀ ਫਿਰ ਯਾਦ ਕਰਾਉਂਦੇ ਨੇ, ਕੈਸੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁੱਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਵੀ ਉਹ ਸਮਾਂ ਯਾਦ ਹੈ ਤੇ ਜਦੋਂ ਪੁੱਠਾ ਲਮਕਦਾ ਸੀ, ਹੁਣ ਤਾਂ ਬਣ ਗਿਆ ਵੱਡਾ ਲੈਂਡ ਲਾਰਡ ਜਾਂ ਜੱਜ ਜਾਂ ਮਨਿਸਟਰ ਜਾਂ ਕੁਛ ਹੋਰ, ਪਰ ਉਹ ਸਮੇਂ ਨੂੰ ਯਾਦ ਕਰ ਲਿਆ ਕਰ। ਜਬ ਦਸ ਮਾਸ ਉਰਦ ਮੁੱਖ ਰਹਿਤਾ, ਦਸ ਮਹੀਨੇ ਪੁੱਠਾ ਲਮਕਦਾ ਸੀ, ਸੋ ਦਿਨ ਕੈਸੇ ਭੁੱਲਿਆ, ਉਹ ਸਮਾਂ ਬੜਾ ਦੁੱਖ ਰੂਪ ਸੀ। ਤਦੇ ਇੱਥੇ ਮਹਾਰਾਜ ਜੀ ਦਾ ਪਹਿਲਾ ਹੀ ਵਚਨ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭੂ ਦੇ ਸਿਮਰਨ ਦੀ ਇਹੋ ਹੀ ਵਡਿਆਈ ਹੈ ਭਾਈ, ਮੁੜ ਕੇ ਇਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਵੇਗਾ ਜੀਵ। ਇਹਦਾ ਸਭ ਤੋਂ ਵੱਡਾ ਦੁੱਖ, ਜਿਹੜਾ ਪਰਮੇਸ਼ਰ ਤੋਂ ਵਿਛੜਨ ਦਾ ਵੀ ਵੱਡਾ ਦੁੱਖ ਹੈ ਨਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇਹ ਸਾਰੇ ਦੁੱਖ ਦੂਰ ਹੋ ਸਕਦੇ ਨੇ ਤੇਰੇ। ਪ੍ਰਭ ਕਹਿ ਸਿਮਰਨ ਗਰਭ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ। ਹੁਣ ਦੂਜਾ ਦੁੱਖ ਹੈ ਜਮਾਂ ਦਾ, ਪਹਿਲਾਂ ਤਾਂ ਜਨਮ ਦਾ ਦੁੱਖ ਸੀ, ਹੁਣ ਮਰਨ ਦਾ ਦੁੱਖ ਹੈ। ਉਹ ਅਜੇ ਜਨਮ ਦਾ ਦੁੱਖ ਲੰਘ ਗਿਆ, ਉਹ ਘੜੀ ਲੰਘ ਗਈ, ਭੁੱਲ ਗਈ ਆਪਾਂ ਨੂੰ, ਕੁਦਰਤੀ ਗੱਲ ਹੈ, ਭੁੱਲ ਜਾਂਦਾ ਸਮਾਂ। ਪਰ ਉਹ ਸਮਾਂ ਜਿਹੜਾ ਹੁਣ ਮੌਤ ਦਾ ਦੁੱਖ ਹੈ ਨਾ, ਜਮਾਂ ਦੇ ਨਾਲ ਵਾਹ ਪੈਣਾ ਹੈ, ਉਹ ਤਾਂ ਸਿਰ 'ਤੇ ਖੜ੍ਹਾ ਹੈ ਨਾ। ਅਤੇ ਜੇ ਉਹ ਜਨਮ ਮਰਨ ਤੋਂ ਡਰਦਾ ਤੂੰ, ਤਾਂ ਮਹਾਰਾਜ ਜੀ ਨੇ ਜੁਗਤੀ ਤਾਂ ਬੜੀ ਸੋਹਣੀ ਦੱਸ ਦਿੱਤੀ ਹੈ। ਸਰਨੀ ਪੈ ਜਾ ਸੰਤਾਂ ਦੀ, ਸਰਨੀ ਪੈ ਜਾ ਸੰਤਾਂ ਦੀ, ਸਰਨੀ ਪੈ ਜਾ ਸਰਨੀ। ਸਰਨੀ ਪੈ ਜਾ ਸੰਤਾਂ ਦੀ, ਸਰਨੀ ਪੈ ਜਾ ਸੰਤਾਂ ਦੀ, ਸਰਨੀ ਡਰਦਾ।
ਸੰਤਾਂ ਦੀ ਪੈ ਜਾ, ਸੰਤਾਂ ਦੀ ਸਰਣੀ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ। ਸਾਧੂ ਜਨ ਮਹਾਂਪੁਰਸ਼ ਗੁਰੂ, ਗੁਰੂ ਦੀ ਸ਼ਰਨ ਵਿੱਚ ਆ ਜਾ, ਸਾਧੂ ਦੀ ਸੰਗਤ ਕਰ ਲੈ, ਸਾਧੂ ਤੈਨੂੰ ਜਨਮ ਮਰਨ ਤੋਂ ਉੱਚਾ ਕਰ ਦੇਣਗੇ। ਉੱਥੇ ਬਿਰਤੀ ਪਹੁੰਚ ਜਾਵੇਗੀ ਜਿੱਥੇ ਬਚਨ ਹੈ, ਦੁੱਖ ਸੁੱਖ ਤੈ ਵਿਆਪਤ ਨਹੀਂ ਜੈ ਆਤਮ ਰਾਮ ਪ੍ਰਗਾਸ। ਹਰ ਖਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਤੇ ਜਨਮ ਨਾ ਮਰਨ, ਨਾ ਜੀਵ ਨਾ ਜੰਮਣ ਨਾ ਮਰਨ, ਉਹ ਅਵਸਥਾ ਵਿੱਚ ਪਹੁੰਚਾ ਦੇਣਗੇ ਮਹਾਂਪੁਰਸ਼। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਸੋ ਦੂਸਰਾ ਦੁੱਖ ਜਿਹੜਾ ਜਮ੍ਹਾਂ ਦਾ ਸੀ, ਉਹ ਵੀ ਸਿਮਰਨ ਕਰਕੇ ਦੂਰ ਹੋ ਸਕਦਾ ਹੈ। ਪ੍ਰਭ ਕਹਿ ਸਿਮਰਨ ਦੁੱਖ ਜਮ ਨਥੈ, ਪ੍ਰਭ ਕਹਿ ਸਿਮਰਨ ਕਾਲ ਪਰ ਹਰੈ। ਕਾਲ ਦੇ ਉੱਪਰ ਵੀ ਫਤਿਹ ਹੋ ਜਾਂਦੀ ਹੈ, ਕਾਲ ਨੂੰ ਵੀ ਜਿੱਤ ਲੈਂਦਾ ਸਿਮਰਨ ਕਰਨ ਵਾਲਾ। ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗੋਰਖ ਦੇ ਪਾਸ ਬੈਠੇ ਨੇ ਅਤੇ ਬੜੀਆਂ ਵਿਚਾਰਾਂ ਹੋ ਰਹੀਆਂ ਸਨ। ਕਾਲ ਆਇਆ, ਬੜਾ ਕੜਕ ਕੇ ਬੋਲਿਆ, ਕਹਿਣ ਲੱਗਿਆ ਗੋਰਖਨਾਥ ਨੂੰ, ਕਹਿੰਦਾ ਮੈਂ ਜਿਹਨੂੰ ਮਰਜ਼ੀ ਚਾਹਾਂ ਅਤੇ ਉਹਦੀ ਧੌਣ ਮਰੋੜ ਸਕਦਾ ਹਾਂ, ਮੇਰੇ ਵਿੱਚ ਤਾਕਤ ਹੈ, ਮੇਰੇ ਤੋਂ ਸਾਰੀ ਦੁਨੀਆ ਥਰ ਥਰ ਕੰਬਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਲ ਨੂੰ ਤਾੜਦੇ ਨੇ, ਕਹਿੰਦੇ ਹਾਂ ਤੇਰਾ ਅਸਰ ਉਹਨਾਂ 'ਤੇ ਹੋ ਸਕਦਾ ਹੈ ਜਿਹੜੇ ਮਨ ਇੰਦਰਿਆਂ ਦੇ ਅਧੀਨ ਹਨ, ਜਿਨ੍ਹਾਂ ਨੇ ਮਨ ਔਰ ਇੰਦਰਿਆਂ ਨੂੰ ਆਪਣੇ ਵੱਸ ਵਿੱਚ ਕੀਤਾ ਹੈ, ਇਹ ਕਾਲ ਤੇਰਾ ਉਹਨਾਂ 'ਤੇ ਕੋਈ ਅਸਰ ਨਹੀਂ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ। ਦੁਸ਼ਮਣ ਕਿਹੜੇ ਨੇ? ਕਾਮ ਕੋ ਲੋਭ ਮੋਹ ਅਹੰਕਾਰ, ਆਸਾ ਤ੍ਰਿਸ਼ਨਾ ਚਿੰਤਾ, ਸ਼ਬਦ ਸਪਰਸ਼ ਰੂਪ ਰਸ ਗੰਧ, ਵਿਦਿਆ ਸਮਤਾ ਰਾਗ ਦੁਆਸ਼ ਭਿੰਨ ਵੇਸ਼। ਪਤਾ ਨਹੀਂ ਕਿੰਨੇ ਕੁ ਦੁਸ਼ਮਣ ਨੇ, ਕਿੰਨੇ ਕੁ ਇਹਦੇ ਸ਼ਿਕਾਰੀ ਹਨ। ਸ਼ਿਕਾਰੀ ਤਾਂ ਇੱਕੋ ਹੀ ਹੈ ਅਤੇ ਆਲੇ ਦੁਆਲੇ ਨੂੰ ਮਾਰਨ ਵਾਲੇ ਅਤੇ ਉਹਨਾਂ ਦੀ ਗਿਣਤੀ ਹੀ ਕੋਈ ਨਹੀਂ। ਅਤੇ ਕਬੀਰ ਸਾਹਿਬ ਜੀ ਦਾ ਵਚਨ ਹੈ, ਜੀਵ ਇੱਕ ਤੇ ਸ਼ਿਕਾਰੀ ਨੇ ਬਹੁਤੇ, ਇੱਕ ਤੇਰੀ ਆਤਮਾਲਕਾ। ਜੀਵ ਇੱਕ ਤੇ ਸ਼ਿਕਾਰੀ ਨੇ ਬਹੁਤੇ, ਇੱਕ ਤੇਰੀ ਆਤਮਾਲਕਾ। ਹੇਕੜੋ ਫਾਹੀ ਬਾਲ ਪਚਾਸ, ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ।
ਵਾਹਿਗੁਰੂ ਦੀ ਆਸ, ਗੁਰੂ ਦਾ ਆਸਰਾ ਲੈ, ਗੁਰੂ ਦੇ ਚਰਨੀ ਲੱਗ, ਇਹ ਦੁਸ਼ਮਣ ਇਹਨਾਂ 'ਤੇ ਤੂੰ ਵੀ ਤੂੰ ਫਤਿਹ ਪਾ ਲੇਗਾ। ਪ੍ਰਭ ਕਹਿ ਸਿਮਰੋ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗੈ, ਪ੍ਰਭ ਕਹਿ ਸਿਮਰਨ ਆਂਦਨ ਜਾਗੈ, ਪ੍ਰਭ ਕਹਿ ਸਿਮਰਨ ਭਉ ਨਾ ਵਿਆਪੈ, ਪ੍ਰਭ ਕਹਿ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਹਿ ਸਿਮਰਨ ਸਾਧ ਕਹਿ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਅੱਗੇ ਬੜੀਆਂ ਬਖਸ਼ਿਸ਼ਾਂ ਹਨ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤੱਤ ਬੁੱਧ, ਪ੍ਰਭ ਕਹਿ ਸਿਮਰਨ ਜਪ ਤਪ ਪੂਜਾ, ਪ੍ਰਭ ਕਹਿ ਸਿਮਰਨ ਬਿਨਸੈ ਦੂਜਾ। ਕੋਈ ਅੰਤ ਨਹੀਂ, ਮਹਾਰਾਜ ਜੀ ਨੇ ਬਹੁਤ ਕੁਛ ਬਖਸ਼ਿਸ਼ਾਂ ਸਿਮਰਨ ਦੇ ਵਿੱਚ ਰੱਖੀਆਂ ਹਨ। ਤਵਜ ਸਿਮਰਨ ਤੋਂ ਅਸੀਂ ਮੁਨਕਰ ਹੁੰਦੇ ਜਾਂਦੇ ਹਾਂ, ਬਾਣੀ ਤੋਂ ਅਸੀਂ ਬੜੇ ਦੂਰ ਜਾ ਰਹੇ ਹਾਂ। ਪਖੰਡੀ ਜਿਹੜੇ ਹਨ ਲੋਕ, ਉਹਨਾਂ ਨੇ ਐਸੇ ਢੰਗ ਐਸੇ ਤਰੀਕੇ ਬਣਾਏ ਨੇ, ਜਿਸ ਤਰ੍ਹਾਂ ਉਹ ਸ਼ਿਕਾਰੀ ਦੀ ਗੱਲ ਚੱਲਦੀ ਹੈ ਨਾ, ਸ਼ਿਕਾਰੀ ਨੇ ਜਾਲ ਵਿਛਾਏ ਹੁੰਦੇ ਨੇ ਅਤੇ ਪਤਾ ਹੀ ਨਹੀਂ ਕਿਹੜੇ ਵੇਲੇ ਜਾਨਵਰ ਫਸ ਜਾਂਦਾ, ਉਦੋਂ ਹੀ ਪਤਾ ਲੱਗਦਾ ਵੀ ਫਸ ਗਏ ਹੁਣ ਤਾਂ। ਅਤੇ ਇਸੇ ਤਰ੍ਹਾਂ ਇਹਨਾਂ ਲੋਕਾਂ ਨੇ ਬੜੇ ਜਾਲ ਵਿਛਾਏ ਨੇ, ਬੜੇ ਅਡੰਬਰ ਰਚੇ ਨੇ, ਭੋਲੇ ਭਾਲੇ ਲੋਕ ਵਿਚਾਰੇ ਇਹਨਾਂ ਦੇ ਚੱਕਰ ਵਿੱਚ ਫਸ ਜਾਂਦੇ ਨੇ, ਮੁੜ ਕੇ ਨਿਕਲਣ ਜੋਗੇ ਨਹੀਂ, ਬਸ ਫਿਰ ਤਾਂ ਫਸ ਗਏ। ਫਿਰ ਕੱਢੇ ਤਾਂ ਗੁਰੂ ਕੱਢੇ, ਕੋਈ ਪੂਰਵਲਾ ਕਰਮ ਜਾ ਕੇ ਤਾਂ ਕੋਈ ਭਾਗਾਂ ਵਾਲਾ ਇਹਨਾਂ ਦੀ ਚੁੰਗਲ 'ਚੋਂ ਨਿਕਲ ਸਕਦਾ, ਨਹੀਂ ਤਾਂ ਮੁਸ਼ਕਲ ਹੈ। ਸੋ ਇਸ ਕਰਕੇ ਇਹਨਾਂ ਤੋਂ ਬਚਣ ਦੀ ਲੋੜ ਹੈ। ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ, ਕੋਈ ਜੀ ਬੰਦੇ ਵਿਛੜਾ ਉਹ ਮੋਇਆ ਨਾ ਜਾਈ ਛੋੜ, ਕਲਗੀਧਰ ਪਾਤਸ਼ਾਹ ਵਚਨ ਉਹ ਸਮਾਂ ਸਾਹਮਣੇ ਆ ਚੁੱਕਿਆ ਹੈ। ਘਰ ਘਰ ਹੋਏ ਬਹਿਣਗੇ ਰਾਮਾ, ਘਰ ਘਰ ਵਿੱਚ ਰਾਮ ਅਵਤਾਰ ਹੋਣਗੇ, ਘਰ ਘਰ ਵਿੱਚ ਗੁਰੂ ਹੋਣਗੇ, ਪਖੰਡੀ ਹੋਣਗੇ, ਪਰ ਉਹਨਾਂ ਤੋਂ ਕਿਸੇ ਦਾ ਕਾਰਜ ਨਹੀਂ ਸਰਨਾ, ਬਣਨਾ ਕੁਛ ਨਹੀਂ, ਖਾਲੀ ਢੋਲ ਨੇ ਸਾਧ ਸੰਗਤ, ਖਾਲੀ ਢੋਲ ਖਾਲੀ ਹੀ ਵੱਜਦੇ ਨੇ, ਅਤੇ ਐਵੇਂ ਲੋਕਾਂ ਨੂੰ ਭੰਬਲ ਪੂਥਿਆਂ 'ਚ ਪਾ ਕੇ ਚੱਕਰ 'ਚ ਪਾ ਕੇ ਲੁੱਟੀ ਜਾ ਰਹੇ ਨੇ ਦਿਨ ਦੇ ਦੁਪਹਿਰੇ। ਆਓ ਗੁਰਬਾਣੀ, ਗੁਰੂ ਨੇ ਸਾਨੂੰ ਕੋਈ ਸੰਸਾ ਨਹੀਂ ਛੱਡਿਆ, ਕੋਈ ਅੰਧੇਰੇ ਵਿੱਚ ਨਹੀਂ ਰਹਿਣ ਦਿੱਤਾ, ਸਾਨੂੰ ਰੋਸ਼ਨੀ ਦਿੱਤੀ ਹੈ ਗੁਰਬਾਣੀ। ਇਸ ਜੱਗ ਮੈਂ ਚਾਨਣ, ਚਾਨਣ ਵਿੱਚ ਰਸਤਾ ਦਿਖ ਜਾਂਦਾ, ਅੰਧੇਰੇ ਵਿੱਚ ਮਹਾਰਾਜ ਜੀ ਦਾ ਵਚਨ ਅੰਧਕਾਰ ਸੁੱਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਅੰਧੇਰੇ ਵਿੱਚ ਚਾਹੇ ਰਾਜਾ ਚਾਹੇ ਕੰਗਾਲ ਹੈ, ਦੋਨਾਂ ਨੂੰ ਠੇਡੇ ਖਾਣੇ ਪੈਂਦੇ ਨੇ ਸਾਧ ਸੰਗਤ, ਪਰ ਚਾਨਣਾ ਹੋ ਜਾਵੇ ਫਿਰ ਕੋਈ ਵੀ ਨਹੀਂ ਭਟਕਦਾ। ਚਾਨਣਾ ਗੁਰਬਾਣੀ, ਗੁਰੂ ਨੇ ਸਾਨੂੰ ਰੋਸ਼ਨੀ ਦਿੱਤੀ, ਸਾਨੂੰ ਰਸਤਾ ਦਿਖਾਇਆ, ਗੁਰਮੁਖ ਗਾਡੀ ਰਾਹ ਚਲਾਇਆ, ਸੂਧੇ ਸੂਧੇ ਰੇਗ ਚੱਲੋ ਤੁਮ, ਕਬੀਰ ਸਾਹਿਬ ਜੀ ਦਾ ਵਚਨ, ਭਾਈ ਨੱਕ ਦੀ ਸੇਹ ਤੁਰੇ ਜਾਓ ਜੋ ਗੁਰੂ ਨਾਨਕ ਨੇ ਰਸਤਾ ਦੱਸਿਆ। ਕੋ ਧੱਕਾ ਦਵਈ ਹੈ ਰੇ, ਜਮਾਂ ਦੇ ਧੱਕਿਆਂ ਤੋਂ ਬਚ ਜਾਓਗੇ, ਕੋਈ ਧੱਕਾ ਨਹੀਂ ਵੱਜਣਾ ਤੁਹਾਨੂੰ ਜਮਾਂ ਦਾ, ਕੋਈ ਪਾਪਾਂ ਦਾ ਧੱਕਾ ਨਹੀਂ ਵੱਜਣਾ, ਪਰ ਜੇ ਗੁਰਮਤਿ ਨੂੰ ਸਮਝੀਏ ਤਾਂ ਸਾਧ ਸੰਗਤ ਆਓ। ਨਗਰ ਨਿਵਾਸੀਆਂ ਨੂੰ 5 ਦਿਨ ਮਿਲੇ ਸਨ, 5 ਦਿਨਾਂ ਇਹ ਸਮਾਗਮ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਹਾੜਾ, ਉਸ ਦੇ ਸੰਬੰਧ ਵਿੱਚ ਇਹ 5 ਦਿਨ ਆਪਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਨੰਦ ਮਾਣਿਆ। ਸੋ ਸਾਰੇ ਵਿਚਾਰਾਂ ਦਾ ਦਿਨਾਂ ਦਾ ਸਿਧਾਂਤ ਲੁੱਬੇ ਲਵਾਵ ਇਹੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨੇ ਤਾਰੇ।
ਕਿੱਡੇ ਵੱਡੇ ਭਾਗ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ 300 ਸਾਲਾ 500 ਸਾਲਾ ਪ੍ਰਕਾਸ਼ ਦਿਹਾੜਾ ਆਪਾਂ ਨੇ ਮਨਾਇਆ ਹੈ। ਹੁਣ 400 ਸਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਭਾਦੋਂ ਦੇ ਵਿੱਚ, ਪਰ ਆਪਾਂ ਨੇ ਗੁਰਦੁਆਰਾ ਜਰਗ ਸਾਹਿਬ ਵਿਖੇ ਦਿਨ ਮੈਂ ਤਰੀਕ ਹੁਣੀ ਦੱਸ ਦਿੰਦਾ ਅਤੇ ਹੌਲੀ ਹੌਲੀ ਉਹ ਗੱਲਾਂ ਫਿਰ ਯਾਦ ਰਹਿੰਦੀਆਂ ਨੇ, ਮੂੰਹੋਂ ਮੂੰਹ ਅੱਗੇ ਸਭ ਨੂੰ ਪਤਾ ਲੱਗ ਜਾਂਦਾ ਵੀ ਉਹ ਦਿਨ ਕਦੋਂ ਮਨਾਇਆ ਜਾਵੇਗਾ। 11 ਤਰੀਕ ਅਗਸਤ ਦੇ ਵਿੱਚ, ਵੈਸੇ ਤਾਂ 15 ਸਤੰਬਰ ਦਾ ਆਉਂਦਾ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 15 ਸਤੰਬਰ ਦਾ ਹੈ, ਪਰ ਆਪਾਂ ਨੇ ਦਿਨ ਰੱਖਿਆ ਸ਼ਨਿਚਰਵਾਰ 11 ਤਰੀਕ, ਸ਼ਨਿਚਰਵਾਰ 11 ਸਤੰਬਰ 27 ਭਾਦੋਂ ਉਹ ਜਰਗ ਸਾਹਿਬ ਵਿਖੇ ਵੱਡੀ ਪੱਧਰ 'ਤੇ, ਜਿਵੇਂ ਹੁਣੇ 500 ਸਾਲ ਆਪਾਂ ਗੁਰੂ ਮਹਾਰਾਜ ਦਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਬੇਅੰਤ ਸੰਗਤਾਂ ਨੇ ਲਾਭ ਉਠਾਇਆ, ਅਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆਪਣੀ ਜ਼ਿੰਦਗੀ ਵਿੱਚ ਆ ਰਿਹਾ ਹੈ। ਹੁਣ ਨਾ 500 ਸਾਲਾ ਆਉਣਾ, ਨਾ ਆਪਾਂ ਨੇ 300 ਸਾਲਾ ਦੇਖਿਆ, ਕਿੰਨੇ ਵੱਡੇ ਭਾਗ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਗਤ ਗੁਰੂ, ਜੁਗੋ ਜੁਗ ਅਟਲ ਹਨ, ਰਹਿੰਦੀ ਦੁਨੀਆ ਤੱਕ ਗੁਰੂ ਦਾ ਸਰੂਪ ਰਹੇਗਾ। ਤੋ ਇਹੋ ਜਿਹਾ ਸਿਧਾਂਤ ਮਹਾਰਾਜ ਜੀ ਨੇ ਸਾਨੂੰ ਦਿੱਤਾ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਉ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤਿ, ਥਾਲ ਵਿੱਚ ਤਿੰਨ ਵਸਤੂ ਪਈਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰੂਪੀ ਥਾਲ ਦੇ ਵਿੱਚ ਤਿੰਨ ਵਸਤੂਆਂ ਮਹਾਰਾਜ ਜੀ ਨੇ ਸਾਨੂੰ ਦਿੱਤੀਆਂ ਨੇ, ਸੱਤ ਸੰਤੋਖ ਵਿਚਾਰੋ, ਸੱਤ ਵਸਤੂ ਵਾਹਿਗੁਰੂ ਹੈ, ਅਤੇ ਸੰਤੋਖ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਸੰਤੋਖੀ ਤੋਂ ਬਿਨਾਂ ਜਿੰਨੀ ਦੇਰ ਸੰਤੋਖ ਨਹੀਂ ਧਾਰਨ ਕਰਦੇ ਬੰਦਗੀ ਨਹੀਂ ਹੋ ਸਕਦੀ ਸਾਧ ਸੰਗਤ। ਲੋਭੀ ਬੰਦਾ ਬੰਦਗੀ ਨਹੀਂ ਕਰ ਸਕਦਾ, ਲੋਭੀ ਬੰਦੇ ਨੂੰ ਤਾਂ ਮਾੜਾ ਜਿਹਾ ਕਹਿ ਦਿਓ ਵੀ ਉੱਥੇ ਭਾਈ ਸੋਹਣੀਆਂ ਪੋਸਟਾਂ ਨਿਕਲੀਆਂ ਨੇ ਪਰ ਇੱਕ ਸ਼ਰਤ ਹੈ, ਕਹਿੰਦੇ ਜੀ ਕੀ ਸ਼ਰਤ ਹੈ, ਵੀ ਉੱਥੇ 10,000 20,000 ਰੁਪਈਆ ਮਹੀਨੇ ਦਾ ਮਿਲਦਾ ਪਰ ਮੂੰਹ ਕੇਸ ਆ ਦਾੜੀ ਮਨਾਉਣੀ ਪਊ, ਕੇਸ ਮਨਾਉਣੇ ਪੈਣਗੇ। ਲੋਭੀ ਬੰਦਾ ਧਰਮ ਨੂੰ ਇੱਕ ਪਾਸੇ ਰੱਖ ਦੇਗਾ ਵੀ ਪਹਿਲਾਂ ਮਾਇਆ ਦੇਖਾਂਗੇ ਜਦੋਂ ਗੁਰੂ ਦੇ ਨਾਲ ਹੋਵੇਗੀ ਕੋਈ ਗੱਲ। ਇਸ ਕਰਕੇ ਜਦੋਂ ਸੰਤੋਖ ਧਾਰਨ ਕਰ ਲਿਆ, ਯਥਾ ਲਾਭ ਸੰਤੁਸ਼ਟੇ, ਜਿਹੜੀ ਪਰਾ ਲੱਭਦਾ ਉਹ ਸਾਧ ਸੰਗਤ ਬਰਮਾ ਵੀ ਮੇਟ ਨਹੀਂ ਸਕਦਾ, ਉਹ ਮਿਲੀ ਜਾਣੀ ਹੈ। ਇਸ ਕਰਕੇ ਤਿੰਨ ਚੀਜ਼ਾਂ ਮਹਾਰਾਜ ਜੀ ਨੇ ਇੱਥੇ ਪ੍ਰੇਰਨਾ ਦਿੱਤੀ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਅੰਮ੍ਰਿਤ ਨਾਮ, ਨਾਮ ਜੋ ਅੰਮ੍ਰਿਤ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਭਰਪੂਰ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਮ੍ਰਿਤ ਨਾਲ ਭਰਪੂਰ ਹੈ। ਜਿਸ ਤਰ੍ਹਾਂ ਸਾਗਰ ਸਮੁੰਦਰ ਭਰਿਆ ਹੁੰਦਾ ਪਾਣੀ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੰਦਰ ਦੀ ਤਰ੍ਹਾਂ, ਔਰ ਪਾਣੀ ਨਾਮ ਦਾ ਇਹਦੇ ਵਿੱਚ, ਅੰਮ੍ਰਿਤ ਜਿਹੜਾ ਉਹ ਨਾਮ ਦਾ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਉਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ।
ਇਹ ਅੰਮ੍ਰਿਤ ਰਸ ਜਿਹੜਾ ਪੀ ਲਏਗਾ, ਨਾਮ ਦਾ ਬਾਣੀ ਦਾ ਰਸ ਪੀ ਲਏਗਾ ਸਾਧ ਸੰਗਤ, ਉਹਦਾ ਪਾਰ ਉਤਾਰਾ, ਉਹਦਾ ਉਧਾਰ ਹੋ ਜਾਵੇਗਾ। ਔਰ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼ ਦਿਹਾੜਾ 11 ਸਤੰਬਰ ਦਿਨ ਸਨਿਚਰਵਾਰ ਭੁੱਲਣਾ ਨਹੀਂ, ਰਹਿਣ ਸਵਾਈ ਕੀਰਤਨ ਜਰਗ ਸਾਹਿਬ ਵਿਖੇ ਕਰਾਂਗੇ। ਔਰ 12 ਤਰੀਕ ਐਤਵਾਰ, ਐਤਵਾਰ ਦੀ ਛੁੱਟੀ ਹੁੰਦੀ ਹੈ, ਇਸ ਕਰਕੇ ਦਿਨ ਸਨਿਚਰਵਾਰ ਰੱਖਿਆ ਹੈ। ਐਤਵਾਰ ਨੂੰ ਸਮਾਪਤੀ ਹੋਵੇਗੀ, ਫਿਰ ਵੱਡੀ ਪੱਧਰ 'ਤੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ। ਇਸ ਤਰ੍ਹਾਂ ਇਹ ਤਰੀਕਾ ਆਪਣੇ ਯਾਦ ਰੱਖਣੀਆਂ ਹਨ। ਅਤੇ ਹੁਣ ਗੁਰੂ ਮਹਾਰਾਜ ਦੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਆਈ ਹੈ, ਆਪਾਂ ਪਹਿਲਾਂ ਆਨੰਦ ਸਾਹਿਬ ਦਾ ਪਾਠ ਕਰਾਂਗੇ, ਉਸ ਤੋਂ ਬਾਅਦ ਫਿਰ ਗੁਰੂ ਸਤੋਤਰ, ਫਿਰ ਗੁਰੂ ਮਹਾਰਾਜ ਅੱਗੇ ਅਰਦਾਸ, ਫਿਰ ਮਹਾਰਾਜ ਜੀ ਦਾ ਹੁਕਮਨਾਮਾ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਫਿਰ ਆਪਾਂ ਨੇ ਗੁਰੂ ਮਹਾਰਾਜ ਨੂੰ ਨਿੱਘੀ ਵਧਾਈ ਦੇ ਕੇ, ਅੱਜ ਆਪਣਾ ਇਮਤਿਹਾਨ ਹੈ, ਕਿਤੇ ਨੰਬਰ ਘੱਟ ਨਾ ਜਾਣ, ਪੂਰੇ ਨੰਬਰ ਲੈ ਕੇ ਆਨੰਦ ਲੈਣਾ ਗੁਰੂ ਤੋਂ, ਖੁਸ਼ੀਆਂ ਲੈਣੀਆਂ ਨੇ, ਖੇੜੇ ਲੈਣੇ ਨੇ। ਔਰ ਇਸ ਕਰਕੇ ਸਭ ਕੁਛ ਮਿਲੇਗਾ ਉਦੋਂ ਜਦੋਂ ਆਪਾਂ ਮਹਾਰਾਜ ਨੂੰ ਨਿੱਘੀ ਵਧਾਈ ਪਿਆਰ ਦੇ ਨਾਲ ਹੱਥ ਜੋੜ ਕੇ ਖੜਾਂਗੇ, ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਜ਼ਰ ਕਰੇ, ਇੱਕ ਬਚਨ ਮਹਾਰਾਜ ਜੀ ਕਿਹਾ ਕਰ, ਅਤੇ ਵੱਡੇ ਮਹਾਰਾਜ ਜੀ ਜਿਨ੍ਹਾਂ ਦੇ ਨਾਂ ਨੂੰ ਕੋਈ ਭੁੱਲਿਆ ਨਹੀਂ, ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ, ਹੁਣ ਤੱਕ ਦੁੱਧ ਪੀਤਾ ਆਪਾਂ ਨੇ, ਅਤੇ ਹੁਣ ਦਸਾਂ ਗੁਰੂਆਂ ਦੀ ਕਰਨੀ ਆ ਉਸਤਤੀ, ਅਤੇ ਇਹ ਹੈ ਮੱਖਣ, ਇਹ ਹੈ ਮਲਾਈ ਖਾਣੀ। ਅਤੇ ਇਸ ਕਰਕੇ ਜਿਹੜੇ ਹੁਣ ਤੱਕ ਦੁੱਧ ਨਹੀਂ ਪੀ ਸਕੇ, ਭਾਵ ਨਹੀਂ ਬੋਲ ਸਕੇ, ਅਤੇ ਹੁਣ ਜ਼ਰੂਰ ਬੋਲਿਓ, ਇਹ ਮੱਖਣ ਨਾ ਛੱਡ ਕੇ ਜਾਇਓ। ਸਦੇ ਕਬੀਰ ਸਾਹਿਬ ਜੀ ਦਾ ਵਚਨ, ਸੰਤੋ ਮੱਖਣ ਖਾਇਆ ਛਾਛ ਪੀਐ ਸੰਸਾਰ। ਭਾਈ ਸੰਤਾਂ ਨੇ ਮੱਖਣ ਖਾਣਾ ਹੈ, ਉਹ ਖਾਣਗੇ ਜਿਹੜੇ ਸਾਧਨਾ ਕਰਨ ਵਾਲੇ ਹਨ, ਅਤੇ ਜਿਹੜੇ ਵਿਚਾਰੇ ਊਈਂ ਬੈਠੇ ਨੇ, ਅਤੇ ਠੀਕ ਹੈ, ਆਨੰਦ ਤਾਂ ਲਿਆ ਉਹਨਾਂ ਨੇ, ਔਰ ਪ੍ਰਾਪਤੀ ਵੀ ਬਹੁਤ ਕੁਛ ਮਿਲਿਆ ਗੁਰੂ ਦੇ ਚਰਨਾਂ 'ਚੋਂ, ਬਖਸ਼ਾਂ ਬੜੀਆਂ ਹੋਈਆਂ ਨੇ, ਪਰ ਪੂਰਾ ਆਨੰਦ ਲੈਣ ਵਾਸਤੇ ਜ਼ਰੂਰ ਗੁਰੂ ਦੀ ਉਸਤਤ ਕਰਨੀ ਹੈ। ਜਿੰਨੀ ਤੁਧਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਮਹਾਰਾਜ ਜੀ ਦਾ ਵਚਨ, ਭਾਈ ਜਿਹੜੇ ਗੁਰੂ ਨੂੰ ਧੰਨ ਕਹਿੰਦੇ ਨੇ ਨਾ, ਪਰ ਧੰਨ ਕਹਿਣ ਦੇ ਨਾਲ ਹੀ ਜਮਦੂਤ ਭੱਜ ਜਾਂਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ, ਗੁਰੂ ਨੂੰ ਜਿੱਥੇ ਧੰਨ ਧੰਨ ਕਿਹਾ ਜਾਂਦਾ ਜਮਦੂਤ ਛੱਡ ਜਾਂਦੇ ਨੇ, ਵੀ ਇੱਥੇ ਤਾਂ ਗੁਰੂ ਦੀ ਉਸਤਤੀ ਹੋ ਰਹੀ ਹੈ, ਵੀ ਇੱਥੇ ਸਾਡਾ ਜ਼ੋਰ ਨਹੀਂ ਚੱਲਣਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਾਰੀਆਂ ਬੀਬੀਆਂ ਬੋਲੋ, ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੇ ਵਸਾਇਆ। ਹਰ ਨਾਲ ਰਘੁ ਮਨ ਮੇਰੇ ਦੁੱਖ ਤਾਂ ਵਿਸਾਰਣਾ, ਕਹਿ ਨਾਨਕ ਮਨ ਮੇਰੇ ਸਦਾ ਹਰ ਨਾਲੇ।
ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ, ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ। ਪੰਚ ਦੋਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ। ਅੰਧ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਸੰਤ ਸਾਜਨ ਭਏ ਸਰ ਤੇ, ਪੂਰੇ ਗੁਰ ਤੇ ਜਾਣੀ। ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹੱਤ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਧਨ ਹੈ ਧਨ ਹੈ ਧਨ ਹੈ, ਗੁਰੂ ਨਾਨਕ ਸਾਹਿਬ ਧਨ ਹੈ। ਸਾਰੇ ਜਪੋ ਜੀ। ਧਨ ਹੈ ਧਨ ਹੈ ਧਨ ਹੈ, ਗੁਰੂ ਅੰਗਦ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ, ਗੁਰੂ ਅਮਰ ਧਨ ਹੈ। ਧਨ ਹੈ ਧਨ ਹੈ ਧਨ ਹੈ, ਗੁਰੂ ਰਾਮਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ, ਗੁਰੂ ਅਰਜਨ ਸਾਹਿਬ ਧਨ ਹੈ।
ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਵਾਹਿਗੁਰੂ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ।
ਜੀਉ ਪਿੰਡ ਤੇਰੀ ਰਾਤ ਤੁਮ ਮਾਤ ਪਿਤਾ ਮਤ ਉੱਚੀ ਮਤ ਪੱਤ ਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ
ਹੇ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਛਲ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਗਰੀਬ ਨਿਵਾਜ ਪਾਤਸ਼ਾਹ ਜੀਓ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 400 ਸਾਲਾਂ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਗਰੀਬ ਨਿਵਾਜ ਪਾਤਸ਼ਾਹ ਜੀਓ ਸਮਾਗਮ ਰੱਖੇ ਗਏ ਸਨ। ਅਖੀਰਲੇ ਦਿਨ ਗਰੀਬ ਨਿਵਾਜ ਪਾਤਸ਼ਾਹ ਜੀਓ ਰਾਤਰੀ ਦੇ ਦੀਵਾਨ ਸਜਾਏ ਗਏ ਹਨ, ਗੁਰਬਾਣੀ ਦੇ ਕੀਰਤਨ ਵਿਖਿਆਨ ਹੋਏ ਹਨ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਨੂੰ ਆਪ ਕਰਨਾ ਹੋਈਆਂ ਗੁਰਬਾਣੀ ਦੀਆਂ ਵਿਚਾਰਾਂ ਦੇ ਸਿਧਾਂਤ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣੇ ਦਿੱਤੇ ਉਪਦੇਸ਼ਾਂ 'ਤੇ ਚੱਲਣ ਦਾ ਬਲ ਬਖਸ਼ਣਾ ਜੀ। ਆਈ ਸਰਬੱਤ ਸਾਧ ਸੰਗਤ ਜੀ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਘੜੀਆਂ ਲੇਖੇ ਲਾਉਣੀਆਂ, ਅੰਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ, ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਮੋ ਅਹੰਕਾਰੀ ਰਖਾ ਵਿਖਿਲੀ ਕੁਸੰਗਤ ਆਦਿਕ ਤੋਂ ਬਚਾ ਕਰਕੇ ਆਪਣੇ ਪਾਵਨ ਪਵਿੱਤਰ ਚਰਨ ਕਮਲਾਂ ਨਾਲ ਪਿਆਰ ਬਖਸ਼ਣਾ ਗਰੀਬ ਨਿਵਾਜ ਪਾਤਸ਼ਾਹ ਜੀ, ਉਹ ਕਿਰਪਾ ਕਰੋ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤਮਈ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ। ਕਿਰਪਾ ਕਰਕੇ ਭੋਗ ਲਾਓ ਸੀ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਵਾਸ ਸਵਾਸ ਜਪੇ ਗਰੀਬ ਨਿਵਾਜ ਪਾਤਸ਼ਾਹ ਜੀ, ਉਹ ਕਿਰਪਾ ਕਰੋ ਆਪਣੇ ਇਲਾਹੀ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਸੇਈ ਗੁਰਸਿੱਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਅੱਠੇ ਹੀ ਪਹਿਰ ਚਿੱਤਾਵੇ, ਕਲਾ ਵਾਹਿਗੁਰੂ ਜੀ ਕੀ ਵਰਤੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸਤਨਾਮ, ਮਾਇਆ ਮੋਹ ਭਰਮ ਪੈ ਫੂਲੇ, ਸੁਤ ਧਾਰਾ ਸਿਉ ਪ੍ਰੀਤ ਲਗਾਏ, ਇੱਕੂ ਤੋਂ ਪੰਥ ਸੁਣਿਓ ਗੁਰ ਸੰਗਤ, ਦਰਦ ਨਿਵਾਰ ਠਾਕਰ ਰਾਖੈ ਜਨ ਕੀਆ।
ਨਾ ਸੁਜਾਏ ਜਤਨ ਕਾਟ ਕਲ ਕਾਲਾਰਾਮ ਆਦੰਤ ਦਿਆਲ ਪੂਰਨਾ ਤਿਸ ਬਿਨਾ ਨੇ ਕੋਇ ਜਨਮ ਮਰਨ ਨਵਾਰ ਹਰ ਜਪ ਭਗਤ ਕਰੇ ਵਿਚਾਰਾ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰਾ ਚਰਨ ਕਮਲ ਦਾਰ ਦਿਨ ਕਾ